ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਲੇਟਸ ਅਪਡੇਟ ਦੇ ਰਿਗਾਰਡਿੰਗ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਹੈ ਐਗਜ਼ਾਮ ਜੋ ਹੋਇਆ ਸੀ ਤੁਹਾਡਾ ਛਾਟ 35 ਅਤੇ 22 ਪੋਸਟਾਂ ਦਾ ਇਹਦਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਹੋ ਗਿਆ ਹੈ ਠੀਕ ਹੈ ਜੀ ਆ ਤੁਸੀਂ ਦੇਖ ਵੀ ਸਕਦੇ ਹੋ ਰਿਜ਼ਲਟ ਆਫ ਰਿਟਨ ਐਗਜ਼ਾਮ ਛਾਟ 35 ਟੀਟੀ ਪੋਸਟ ਐਂਡ ਰਿਟਨ ਐਗਜ਼ਾਮ 22 ਜੇਲਡ ਡਿਪਾਰਟਮੈਂਟ ਦੀ ਪੋਸਟਾਂ ਸੰਬੰਧੀ ਹੈ ਇਹਦਾ ਸੋ ਇਹਦੇ ਰਿਗਾਰਡਿੰਗ ਆ ਦੇਖੋ ਜੀ ਆ ਹੈ ਜੀ ਇਹਨਾਂ ਦਾ ਰਿਜ਼ਲਟ ਠੀਕ ਹੈ ਜੀ 22 ਪੋਸਟਾਂ ਦਾ ਠੀਕ ਹੈ ਇਦੇ ਵਿੱਚ ਜਿੰਨੇ ਵੀ ਬੱਚੇ ਹੈ ਸਾਰਿਆਂ ਦਾ ਦੇਖੋ ਜੀ ਦੱਸਿਆ ਹੋਇਆ ਸਭ ਤੋਂ ਪਹਿਲੇ ਰੋਲ ਨੰਬਰ ਪਹਿਲੇ ਸੀਰੀਅਲ ਨੰਬਰ ਹੈ ਰੋਲ ਨੰਬਰ ਹੈ ਬੱਚੇ ਦਾ ਨਾਮ ਹੈ ਫਾਦਰਸ ਨੇਮ ਹੈ ਮਾਤਾ ਜੀ ਦਾ ਨਾਮ ਹੈ ਉਹਨਾਂ ਦੀ ਡੇਟ ਆਫ ਬਰਥ ਹੈ ਤੇ ਉਹਨਾਂ ਨੇ ਕਿੰਨੇ ਮਾਰਕ ਸਕਿਉਰ ਕੀਤੇ ਉਹ ਸਾਰਾ ਕੁਝ ਸ਼ੋਅ ਕੀਤਾ ਪਿਆ ਅਗਰ ਕੋਈ ਬੱਚਾ ਐਬਸੈਂਟ ਵੀ ਹੈ ਇਹ ਐਬਸੈਂਟ ਵੀ ਸ਼ੋਅ ਕੀਤਾ ਹਲੇ ਤੱਕ ਮੈਂ ਜਿਹੜਾ ਸ਼ੋਅ ਕਰਦਾ ਪਿਆ ਤੁਹਾਡੇ ਸਾਹਮਣੇ ਰਿਜ਼ਲਟ ਇਹ ਵਾਈਪੋਸਟ ਹੁੰਦਾ ਅਗਰ ਤੁਹਾਨੂੰ ਇਹਦੀ ਪੀਡੀਐਫ ਵੈਰਾ ਚਾਹੀਦੀ ਸਾਈਟ ਤੇ ਥੋੜਾ ਟ੍ਰੈਫਿਕ ਚੱਲਿਆ ਹੋਇਆ ਹੈ ਬਟ ਕੁਝ ਟਾਈਮ ਬਾਅਦ ਇਹ ਟ੍ਰੈਫਿਕ ਠੀਕ ਹੋ ਜਾਣਾ ਤੁਹਾਨੂੰ ਪਤਾ ਹੈ ਕਾਫੀ ਜ਼ਿਆਦਾ ਬੱਚੇ ਤੇ ਚੈੱਕ ਕਰਦੇ ਪੈ ਨੇ ਰਿਜ਼ਲਟ ਆਪਣਾ ਬਟ ਲੌਗਇਨ ਦੇ ਅੰਦਰ ਕੁਝ ਵੀ ਅਪਡੇਟ ਨਹੀਂ ਹੋਇਆ ਜਿਹੜੇ ਤੁਹਾਡੇ ਲੌਗਇਨਸ ਵੇਰਾ ਹੈਗੇ ਆ ਜਿਹਦੇ ਵਿੱਚ ਤੁਸੀਂ ਆਈਡੀ ਪਾਸਵਰਡ ਫਿਲ ਕਰਕੇ ਲੌਗਇਨ ਕਰਦੇ ਹੋ ਤਾਂ ਬਾਕੀ ਜਿਹੜਾ ਬਾਈ ਪੋਸਟ ਹੈ ਇਹਦੇ ਵਿੱਚ ਟੋਟਲ 1000 553 ਬੰਦਿਆਂ ਨੇ ਟੈਸਟ ਦਿੱਤਾ ਸੀਗਾ ਮਿੰਟੂ ਸੇ 15 53 ਨੇ ਇਹਦੇ ਵਿੱਚੋਂ ਕਾਫੀ ਬੱਚੇ ਐਬਸੈਂਟ ਵੀ ਸੀ ਤੁਸੀਂ ਆਪਣੇ ਮਾਰਕਸ ਵਾਰਾ ਚੈੱਕ ਕਰ ਲੈਣੇ ਆਂ ਅਗਰ ਮੈਂ ਦੂਸਰੀ ਸਾਈਡ ਗੱਲਾਂ ਹੈ ਜੀ ਗੱਲ ਕਰਾਈਆਂ 6635 ਪੋਸਟਾਂ ਦਾ ਜਿਹਦੇ ਵਿੱਚ 821 ਪੇਜ ਦਾ ਟੋਟਲ ਠੀਕ ਹੈ ਇਹਦੇ ਵਿੱਚ ਵੀ ਸੇਮ ਚੀਜ਼ ਹੈ ਬੱਚੇ ਦਾ ਇੱਥੇ ਸੀਰੀਅਲ ਨੰਬਰ ਹੈ ਰੋਲ ਨੰਬਰ ਹੈ ਉਹਨਾਂ ਦਾ ਨਾਮ ਹੈ ਫਾਦਰਸ ਨੇਮ ਹੈ ਮਦਰਸ ਨੇਮ ਹੈ ਦੈਨ ਬੱਚੇ ਦੀ ਡੇਟ ਆਫ ਬਰਥ ਹੈ ਦੈਨ ਆਫਟਰ दैट ਐਗਜ਼ਾਮ ਕਿੰਨੇ ਬੱਚੇ ਨੇ ਮਾਰਕਸ ਸਿਕਯੂਰ ਕੀਤੇ ਆ ਜਿਹੜੇ ਬੱਚੇ ਐਬਸੈਂਟ ਹੈ ਉਹ ਵੀ ਸ਼ੋ ਕੀਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਣਾ ਇਹ ਬੱਚੇ ਕਿੰਨਿਆਂ ਨੇ ਐਗਜ਼ਾਮ ਦਿੱਤਾ ਸੀ ਇਨਕਲੂਡਿੰਗ ਜਿਹੜੇ ਬੱਚੇ ਐ ਐਗਜ਼ਾਮ ਦਿੱਤਾ ਹੈ ਮੈਂ 올ਓਵਰ ਤੁਹਾਨੂੰ ਦੱਸੂਗਾ ਠੀਕ ਹੈ ਜੀ ਇਹ ਐਗਜ਼ਾਮ 24608 ਬੱਚਿਆਂ ਨੇ ਦਿੱਤਾ ਸੀ ਅਤੇ ਜੀਐਲ ਡਿਪਾਰਟਮੈਂਟ ਦਾ ਜਿਹੜਾ ਐਗਜ਼ਾਮ ਸੀ ਉਹ ਦਿੱਤਾ ਸੀ 1553 ਬੱਚਿਆਂ ਨੇ ਠੀਕ ਹੈ ਜੀ ਅਪਰੋਕਸੀਮੇਟਲੀ 26000 ਬੱਚਿਆਂ ਨੇ ਐਗਜ਼ਾਮ ਦਿੱਤੇ ਸੀ ਜਿਹੜਾ ਟੋਟਲ ਹੈਗਾ ਜੀ ਇਹ ਤਾਂ ਬਾਕੀ ਤੁਸੀਂ ਆਪਣਾ ਰਿਜ਼ਲਟ ਵੈਰਾ ਚੈੱਕ ਕਰ ਲੈਣਾ ਸਾਰੇ ਬੱਚਿਆਂ ਨੂੰ 올 ਦੀ ਵੈਰੀ ਬੈਸਟ ਫॉर ਯਰ ਰਿਜ਼ਲਟ ਹਲੇ ਕੋਈ ਵੀ ਮੈਰਿਟ ਨਹੀਂ ਆਈ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹਦੇ ਵੀ ਦੱਸਿਆ ਹੈ ਕਿ ਇੰਨੇ ਤੋਂ ਇੰਨੇ ਬੱਚਿਆਂ ਨੂੰ ਠੀਕ ਹੈ ਕਲੀਅਰ ਹੈ ਜਾਂ ਕੁਆਲੀਫਾਈ ਹੈ ਮਤਲਬ 19 ਸਕਰੂਪਨੀ ਵਾਸਤੇ ਅਪਲਾਈ ਦਾ ਕੁਝ ਨਹੀਂ ਆ ਹਲੇ ਇਹਨਾਂ ਦਾ ਨੈਕਸਟ ਉਹ ਮੈਰਿਟ ਆਣੀ ਹੈ ਕੈਟਾਗਰੀ ਵਾਈਜ਼ ਕਿੰਨੀ ਮੈਰਿਟ ਬਣਦੀ ਹੈ ਜਰਨਲ ਦੀ ਐਸਸੀ ਦੀ ਬੀਸੀ ਐਸਸੀ ਆਰ ਐਂਡ ਓਸ ਥੇ ਬਾਅਦ ਸਭ ਜਿਹੜੀ ਕੈਟਾਗਰੀਜ਼ ਵੈਰਾ ਹੁੰਦੀਆਂ ਠੀਕ ਹੈ ਦਾ ਇੱਕ ਸਰਵਿਸਮੈਨ ਹੋਗੇ სპੋਰਟਸ ਡਾਂਸ ਆਨ ਉਹਦੀ ਹਲੇ ਲਿਸਟ ਵੈਰਾ ਆਣੀ ਹੈ ਮੈਰਿਟ ਇਹ ਜਸਟ ਇਹਨਾਂ ਤੁਹਾਡੇ ਮਾਰਕਸ ਨਾਲ ਅਨਾਉਂਸ ਕੀਤੇ ਕਿੰਨੇ ਕਿੰਨੇ ਬੱਚਿਆਂ ਨੇ ਗੇਨ ਕੀਤੇ ਹੈ ਤਾਂ ਬਾਕੀ ਨਾਲ ਹੀ ਇੱਕ ਪਬਲਿਕ ਨੋਟਿਸ ਵੀ ਇਹਨਾਂ ਨੇ ਅਪਡੇਟ ਕੀਤਾ ਹੈ ਆਫੀਸ਼ੀਅਲ ਵੈਬਸਾਈਟ ਤੇ ਇਹਦੇ ਵਿੱਚ ਆ ਤੁਸੀਂ ਦੇਖ ਵੀ ਸਕਦੇ ਹੋ ਡੇਟ ਵੀ ਅਵੇਲੇਬਲ ਹੈਗੀ ਇਹਦੇ ਵਿੱਚ ਦੱਸਿਆ ਕਿ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਤੁਸੀਂ ਆਫੀਸ਼ੀਅਲ ਵੈਬਸਾਈਟ ਤੋਂ ਹੀ ਚੈੱਕ ਕਰਨੀ ਹੈ ਬਾਕੀ ਜੋ ਵੀ ਅਦਰ ਇਨਫੋਰਮੇਸ਼ਨ ਹੁੰਦੀ ਹੈ ਕਿ ਵੈਬਸਾਈਟ ਤੇ ਨਹੀਂ ਹੈ ਤਾਂ ਉਹ ਫੇਕ ਹੋ ਸਕਦੀ ਹੈ ਤਾਂ ਬਾਕੀ अगेन ਸਾਰੇ ਬੱਚਿਆਂ ਨੂੰ ਕੰਗ੍ਰੈਚੁਲੇਸ਼ਨਸ ਫॉर देयर ਰਿਜ਼ਲਟ ਫॉर देयर ਮਾਰਕਸ ਤਵਾਕੀ ਲੌਗਇਨ ਦੇ ਅੰਦਰ ਹਲੇ ਕੁਝ ਵੀ ਅਡਾਪਟ ਨਹੀਂ ਹੋਇਆ ਜਦੋਂ ਹੀ ਕੋਈ ਨੀ ਅਪਡੇਟ ਆਂਦੀ ਹੈ ਆਪ ਆਪਣੇ YouTube ਚੈਨਲ ਤੇ ਵੀਡੀਓ ਅਪਡੇਟ ਕਰ ਦੋਗੇ ਤਾਂ ਇਸ ਕਰਕੇ ਯੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੱਸ ਨੀਡੀ ਫਰੈਂਡਸ ਨਾਲ ਵੀ ਸ਼ੇਅਰ ਕਰਨਾ ਸੋ ਥੈਟ ਉਹਨਾਂ ਨੂੰ ਵੀ ਇਸ ਇਨਫੋਰਮੇਸ਼ਨ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਆਪਣਾ 22 ਪੋਸਟਾਂ ਅਤੇ ਜਿਹੜੀਆਂ 6435 ਪੋਸਟਾਂ ਦਾ ਰਿਜ਼ਲਟ ਆਈਟੀਟੀ ਦਾ ਉਹ ਚੈੱਕ ਕਰ ਸਕਣ ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫॉर ਯੂਰ ਵੈਲੇਬਲ ਟਾਈਮ